ਲੈ ਹੋ ਵੀਰਾ ਵੀ ਆ ਗਿਆ ਵੀਰੇ ਅਸੀਂ ਗੱਲ ਦੱਸਣੀ ਸੀ ਇੱਕ ਤੈਨੂੰ ਅੱਛਾ ਹੁਣ ਗੱਲ ਦੱਸਣੀ ਸੀ ਹੈ ਹਾਂ ਉਦੋਂ ਨਹੀਂ ਖਿਆਲ ਆਇਆ ਜਦੋਂ ਮੇਰੀ ਇੱਜ਼ਤ ਰੋਲਦਾ ਸੀ ਮਰ ਮਰ ਵੇ ਥਾਪਰੇ ਕੀ ਮਾਰਦਾ ਹੈ ਜਾਗੇ ਤੇ ਮਾਰਨਾ ਮਕਾਇ ਨੂੰ ਭਰਾ ਵੀਰੇ ਆ ਕੀ ਕਰਦਾ ਤੁਸੀਂ ਜਾਗੇ ਦੀਪੀ ਹਾਂਜੀ ਵੀਰੇ ਤੂੰ ਕਿਵੇਂ ਤੁਰੀ ਜਾਂਦੀ ਅੱਜ ਵੀਰੇ ਅੱਜ ਜਲਦੀ ਛੁੱਟੀ ਹੋ ਗਈ ਸੀਗੀ ਤਾਂ ਕਰਕੇ ਮੈਂ ਆ ਗਈ ਅੱਛਾ ਬਾਈ ਤੂੰ 5 ਮਿੰਟ ਖੜੋ ਰੇ ਯਾਰ ਮੈਂ ਤੁਹਾਨੂੰ ਦੁਬਾਰਾ ਆ ਕੇ ਲੈ ਜਾਣਾ ਠੀਕ ਹੈ ਬਿਲਕੁਲ ਬੈਠ ਦੀਪੀ ਆ ਗਿਆ ਬਾਈ ਮਾਸੂ ਕੋਈ ਨਾ ਚੱਲ ਠੀਕ ਹੈ ਦੀਪੀ ਤੂੰ ਜਾ ਅੰਦਰ ਮੈਂ ਮੁੰਡੇ ਨੂੰ ਬਿਠਾ ਲਿਆਵਾਂ ਠੀਕ ਹੈ ਵੀਰੇ ਆ ਜਾ ਬਾਈ ਬਹਿ ਜਾ ਛੱਡੇ ਬਾਈ ਹਾਂ ਬਾਈ ਛੱਡੇ ਚਲੋ ਧੰਨਵਾਦ ਬਾਈ ਤੇਰਾ ਕੋਈ ਗੱਲ ਨਹੀਂ ਜਿਹੜਾ ਤੂੰ ਦੁਬਾਰੇ ਵਾਪਸ ਆ ਗਿਆ ਕੋਈ ਗੱਲ ਨਹੀਂ ਲੈ ਤੁਸੀਂ ਰੋਕ ਲਿਓ ਬਸ ਆ ਲਵੀ ਹੈ ਘਰ ਠੀਕ ਹੈ ਬਾਈ ਲਓ ਬਾਈ ਬਹੁਤ ਧੰਨਵਾਦ ਬਾਈ ਤੇਰਾ ਕੋਈ ਗੱਲ ਨਹੀਂ ਬਾਈ ਚਲੋ ਐਂ ਕਰੋ ਵੀਰੇ ਤੁਸੀਂ ਨਾ ਆਪਣਾ ਨੰਬਰ ਦਿਓ ਹੁਣ ਮੈਂ ਇੱਥੇ ਰਹਿਣਾ ਪਿੰਡ 'ਚ ਫਿਰ ਵੀ ਆਪਾਂ ਮਿਲਦੇ ਜੁਲਦੇ ਰਹਾਂਗੇ 94 46 ਅੱਗੇ ਬਾਈ 74 109 ਚਲੋ ਠੀਕ ਹੈ ਠੀਕ ਹੈ ਧੰਨਵਾਦ ਬਾਈ ਓਕੇ ਕਿੰਨਾ ਟਾਈਮ ਹੋ ਗਿਆ ਬਾਈ ਨੂੰ ਫੋਨ ਕਰੇ ਨੂੰ ਆਈ ਨਹੀਂ ਹਜੇ ਚੱਲ ਦੇਖਦੇ ਹਾਂ ਕਦੋਂ ਕਹਿੰਦਾ ਲੈ ਆ ਗਿਆ ਬਾਈ ਨੂੰ ਹੋਰ ਕੀ ਹਾਲ ਹੈ ਬਾਈ ਵਧੀਆ ਬਾਈ ਵਧੀਆ ਤੁਸੀਂ ਦੱਸੋ ਹੋਰ ਠੀਕ ਠਾਕ ਹਾਂ ਵਧੀਆ ਬਹਿ ਜਾਓ ਬਾਈ ਕਿਵੇਂ ਬੁਲਾ ਸੀ ਬਾਈ ਤਾਂ ਮੈਂ ਵਿਹਲਾ ਜਿਹਾ ਬੈਠਾ ਸੀ ਇਕੱਲਾ ਜਿਹਾ ਮੈਂ ਚੱਲ ਬਾਈ ਨੂੰ ਬੁਲਾਉਣਾ ਗੱਲਾਂ ਬਾਤਾਂ ਕਰਾਂਗੇ ਚਲੋ ਵਧੀਆ ਹੋਰ ਸੁਣਾ ਵਧੀਆ ਬਾਈ ਅੱਛਾ ਇੱਕ ਗੱਲ ਦੱਸ ਬਾਈ ਹਾਂ ਬਾਈ ਜਿਹੜੀ ਕੁੜੀ ਨੂੰ ਤੂੰ ਕੱਲ੍ਹ ਛੱਡਣ ਗਿਆ ਸੀ ਹਾਂ ਉਹ ਤੁਹਾਡੀ ਕੀ ਲੱਗਦੀ ਆ ਉਹ ਮੇਰੀ ਭੈਣ ਹੈ ਬਾਈ ਅੱਛਾ ਭੈਣ ਹੈ ਕਿਸੇ ਰਿਸ਼ਤੇਦਾਰੀ ਚੋਂ ਕੋਈ ਚਾਚੇ ਦਾਏ ਦੀ ਨਾ ਨਾ ਬਾਈ ਉਹ ਤਾਂ ਮੇਰੀ ਸੱਕੀ ਭੈਣ ਆ ਉਹਨੇ ਬਾਹਰੇ ਜਾਣਾ ਉਹ ਆਈਲੈਟਸ ਵਗੈਰਾ ਹੀ ਕਰਦੀ ਹੁਣ ਠੀਕ ਹੈ ਬਾਈ ਮੈਂ ਤਾਂ ਆਪਣਾ ਬਾਹਰ ਦੀ ਤਿਆਰੀ ਕਰ ਰਿਹਾ ਤੈਨੂੰ ਪਤਾ ਤਾਂ ਹੈਗਾ ਪੜ੍ਹ ਲਿਖ ਕੇ ਉਹਦੇ ਕੁਛ ਨਹੀਂ ਬਣਦਾ ਬਾਹਰ ਜਾ ਕੇ ਮਾੜਾ ਮੋਟਾ ਸੈੱਟ ਹੋ ਜਾਵਾਂਗੇ ਗੱਲ ਤਾਂ ਤੇਰੀ ਬਾਈ ਖਰ ਠੀਕ ਆ ਅੱਜ ਕੱਲ੍ਹ ਉਹਦਾ ਹੈ ਵੀ ਕੀ ਯਾਰ ਮੁੰਡੇ ਨਸ਼ੇ 'ਚ ਪੈ ਰਹੇ ਨੇ ਤੁਹਾਨੂੰ ਪਤਾ ਜਿਹੜੇ ਪੜ੍ਹੇ ਲਿਖੇ ਨੇ ਉਹ ਬੇਰੁਜ਼ਗਾਰ ਹੋ ਰਹੇ ਨੇ ਕੰਮ ਹੈ ਨਹੀਂ ਉਰੇ ਕੋਈ ਸਹੀ ਗੱਲ ਹੈ ਬਾਈ ਹੋਰ ਠੀਕ ਠਾਕ ਬਾਈ ਘਰੇ ਸਾਰੇ ਠੀਕ ਨੇ ਚੱਲ ਬਾਈ ਕੋਈ ਕੋਈ ਲੋੜ ਹੋਈ ਤਾਂ ਦੱਸ ਦੀ ਹਾਂ ਹਾਂ ਬਾਈ ਜ਼ਰੂਰ ਚੱਲ ਆ ਖਾਣੇ ਪੀਣਾ ਕੁਛ ਆ ਕੇ ਚਲੋ ਬਾਈ ਮੈਂ ਵੀ ਇਹੀ ਸੋਚ ਰਿਹਾ ਸੀਗਾ ਐਕਸਕਿਊਜ਼ ਮੀ ਹਾਂਜੀ ਘਰ ਜਾ ਰਹੇ ਹਾਂ ਜੀ ਹਾਂਜੀ ਆ ਜਾਓ ਮੈਂ ਛੱਡ ਦੇਣਾ ਨਹੀਂ ਕੋਈ ਗੱਲ ਨਹੀਂ ਜੀ ਮੈਂ ਚਲੀ ਜਾਊਂਗੀ ਲੱਗਦਾ ਜੀ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਉਹੀ ਮੁੰਡਾ ਹੈ ਜਿਹੜਾ ਉਸ ਦਿਨ ਤੁਹਾਡੇ ਭਰਾ ਨਾਲ ਸੀਗਾ ਪਹਿਚਾਣ ਤਾਂ ਲੱਤਾ ਜੀ ਮੈਂ ਤੁਹਾਨੂੰ ਬਸ ਫਿਰ ਬੇਫਿਕਰ ਹੋ ਕੇ ਬਹਿ ਜਾਓ ਜੀ ਨਾਲੇ ਹੁਣ ਤੁਹਾਡਾ ਭਰਾ ਅਤੇ ਮੈਂ ਨਾ ਵਧੀਆ ਯਾਰ ਦੋਸਤ ਬਣ ਗਏ ਠੀਕ ਹੈ ਜੀ ਆ ਜਾਓ ਜੀ ਚੱਲਾਂ ਜੀ ਹਾਂਜੀ
ਲਓ ਜੀ ਆ ਜਾਂਦੇ ਚਾਹ ਪਾਣੀ ਪੀ ਜਾਂਦੇ ਕੋਈ ਨਾ ਜੀ ਫੇਰ ਕਰੀ ਕਿੰਨਾ ਕੁ ਟਾਈਮ ਲੱਗੂਗਾ ਨਹੀਂ ਨਹੀਂ ਕੋਈ ਨਹੀਂ ਚਲੋ ਠੀਕ ਹੈ ਜੀ ਮੈਂ ਚੱਲਿਆ ਠੀਕ ਹੈ ਜੀ ਕਿਵੇਂ ਆ ਗਈ ਦੀਪੀ ਹਾਂਜੀ ਵੀਰੇ ਕਿਵੇਂ ਜਲਦੀ ਆ ਗਈ ਉਹ ਵੀਰੇ ਮੈਂ ਨਾ ਆਉਂਦੀ ਪਈ ਸੀ ਰਸਤੇ 'ਚ ਨਾ ਤੁਹਾਡਾ ਦੋਸਤ ਮਿਲ ਗਿਆ ਸੀਗਾ ਮੈਂ ਤੁਹਾਨੂੰ ਕਿਹਾ ਵੀ ਸੀ ਵੀ ਮੈਂ ਆਪੇ ਤੁਰ ਕੇ ਚੱਲ ਜੂੰਗੀ ਉਹ ਕਹਿੰਦਾ ਮੈਂ ਤੁਹਾਡੇ ਘਰ ਵਾਲੀ ਜਾ ਰਿਹਾ ਚੱਲ ਛੱਡ ਦੇਣਾ ਦੋਸਤ ਕਿਹੜਾ ਜਿਹੜਾ ਉਸ ਦਿਨ ਤੁਹਾਡੇ ਨਾਲ ਨਹੀਂ ਸੀ ਬੈਠਾ ਅੱਛਾ ਦੀਪ ਹਾਂਜੀ ਠੀਕ ਆ ਠੀਕ ਆ ਉਹਦੇ ਨਾਲ ਘਰ ਦੀ ਗੱਲ ਆਪਣੀ ਕੋਈ ਗੱਲ ਨਹੀਂ ਵਧੀਆ ਦੋਸਤ ਆਪਣਾ ਨਾਲੇ ਮੁੰਡਾ ਵੀ ਸਿਆਣਾ ਹਾਂਜੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਾਂਗਾ ਜਿੱਦਾਂ ਕਿਤੇ ਮਿਲ ਜੇ ਨਾਲ ਆ ਜਾਗਾ ਠੀਕ ਹੈ ਚੱਲ ਖਾ ਲਾ ਰੋਟੀ ਪਾਣੀ ਠੀਕ ਹੈ ਦੀਪੀ ਨੂੰ ਕਿਸੇ ਮੁੰਡੇ ਕੋਲ ਖੜੀ ਨੂੰ ਦੇਖਿਆ ਮੁੰਡੇ ਕੋਲ ਖੜੀ ਨੂੰ ਦੇਖਿਆ ਇਹ ਕੀ ਕਹਿ ਰਿਹਾ ਬਾਈ ਤੂੰ ਸਹੀ ਕਹਿ ਰਿਹਾ ਬਾਈ ਉਹ ਨਾ ਨਾ ਬਾਈ ਦੀਪੀ ਇਹੀ ਜੀ ਨਹੀਂ ਹੈਗੀ ਐਵੇਂ ਤੈਨੂੰ ਭੁਲੇਖਾ ਪੈ ਗਿਆ ਕੋਈ ਹੋਰ ਹੋਣੀ ਉਹ ਨਾ ਬਾਈ ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ ਉਹ ਦੀਪੀ ਸੀ ਨਾਲੇ ਉਹ ਮੁੰਡੇ ਨਾਲ ਨਾ ਹੱਸ ਹੱਸ ਕੇ ਗੱਲਾਂ ਕਰਦੀ ਸੀ ਅੱਛਾ ਇਹ ਗੱਲ ਆ ਕੋਈ ਨਾ ਬਾਈ ਆਉਣ ਦੇ ਉਹਨੂੰ ਕਰਨਾ ਉਹਦੇ ਨਾਲ ਗੱਲ ਮੈਂ ਕੁੜੀਏ ਆ ਦੀਪ ਕੀ ਕਹਿ ਰਿਹਾ ਕੀ ਕਹਿ ਰਿਹਾ ਵੀਰੇ ਦੀਪ ਕਿਹੜੇ ਮੁੰਡੇ ਨਾਲ ਚੱਕਰ ਤੇਰਾ ਵੀਰੇ ਮੇਰਾ ਕੋਈ ਕਿਸੇ ਮੁੰਡੇ ਨਾਲ ਚੱਕਰ ਨਹੀਂ ਹੈਗਾ ਉਲਟਾ ਮੈਂ ਤੁਹਾਨੂੰ ਇਹਦੀ ਕਰਤੂਤਾਂ ਦੱਸਦੀ ਆ ਜਦੋਂ ਅੱਜ ਮੈਂ ਰਸਤੇ 'ਚ ਆ ਰਹੀ ਸੀ ਨਾ ਤੇਰੇ ਮੇਰੇ ਨਾਲ ਬਦਤਮੀਜ਼ੀ ਕੀਤੀ ਤੇ ਮੈਨੂੰ ਧੱਕੇ ਨਾਲ ਬਾਈਕ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੈਂ ਮਨਾ ਕਰਤਾ ਇਹਨੇ ਵੀਰੇ ਥੱਪੜ ਵੀ ਮਾਰਿਆ ਮੇਰੇ ਤੇ ਹੁਣ ਆਪਦੀ ਕਰਤੂਤਾਂ ਲਗਾਉਣ ਵਾਸਤੇ ਮੇਰੇ ਤੇ ਝੂਠਾ ਇਲਜ਼ਾਮ ਲਾ ਰਿਹਾ ਇਹ ਅੱਛਾ ਇਹ ਗੱਲ ਆ ਕਿਉਂ ਓਏ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਯਾਰ ਬਣਾ ਸੀ ਆਪਦਾ ਮੈਂ ਤੇ ਤੂੰ ਮੇਰੀ ਭੈਣ ਦਾ ਅੱਖਰ ਕੀ ਬੈਠਿਆ ਉਹ ਬਈ ਇਹ ਝੂਠ ਬੋਲਦੀ ਆ ਅਹੀ ਕੋਈ ਗੱਲ ਨਹੀਂ ਉਹ ਮੈਨੂੰ ਚੰਗਾ ਪਤਾ ਮੇਰੀ ਭੈਣ ਬਾਰੇ ਕਹੀ ਜੀ ਨਾ ਨਿਕਲਿਆ ਮੇਰੇ ਘਰੋਂ ਨਾਲ ਹੋ ਜਾ ਅੱਜ ਕੱਲ੍ਹ ਯਾਰ ਤੇਰੇ ਵਰਗਿਆਂ ਨੂੰ ਜਮਾਨਾ ਹੀ ਨਹੀਂ ਭਲਾਈ ਦਾ ਚੱਲ ਦੀਪੀ ਮੈਨੂੰ ਮਾਫ ਕਰ ਦੇ ਭੈਣੇ ਮੈਂ ਤੇਰੇ ਤੋਂ ਸ਼ੱਕ ਕੀਤਾ ਕੋਈ ਗੱਲ ਨਹੀਂ ਵੀਰੇ ਚੱਲ ਤੂੰ ਐਂ ਕਰ ਰੋਟੀ ਪਾਣੀ ਖਾ ਲਾ ਮੈਨੂੰ ਥੋੜ੍ਹਾ ਕੰਮ ਆ ਮੈਂ ਕੰਮ ਜਾ ਕੇ ਆਉਣਾ ਇੱਕ ਠੀਕ ਹੈ ਵੀਰੇ Thank you.
ਦੀਪੀ ਇਹ ਮੁੰਡੇ ਨਾਲ ਬੈਠੀ ਕੀ ਕਰਦੀ ਉਹਦੇ? ਪਰ ਇਹਨੂੰ ਦੇਖ ਕੇ ਲੱਗਦਾ ਤਾਂ ਹੈ ਨਹੀਂ ਬਿਨਾ 'ਚ ਕੁਛ ਗਲਤ ਹੋਣਾ, ਹੋ ਸਕਦਾ ਤਾਂ ਦੋਸਤ ਹੋਵੇ, ਪਰ ਕਿਤੇ ਦੀਪ ਦੀ ਗੱਲ ਵੀ ਨਾ ਸੱਚ ਹੋਵੇ, ਕਿਤੇ ਮੇਰੀ ਭੈਣ ਮੈਨੂੰ ਧੋਖਾ ਦੇ ਜਾਂਦੀ ਹੋਵੇ। ਮੈਂ ਤਾਂ ਦੀਪ ਨਾਲ ਐਵੇਂ ਲੜਾਈ ਕਰ ਬੈਠਿਆ, ਪਹਿਲਾਂ ਗੱਲ ਦੀ ਪੂਰੀ ਜਾਂਚ ਕਰਨੀ ਚਾਹੀਦੀ ਸੀ ਮੈਨੂੰ। ਚੱਲ ਕੋਈ ਨਾ, ਪਹਿਲਾਂ ਦੀਪ ਕੋਲ ਜਾਂਦਾ, ਉਹਦੇ ਨਾਲ ਬਹਿ ਕੇ ਗੱਲ ਕਰਦਾ। ਦੀਪ ਬਾਈ ਮੈਨੂੰ ਮਾਫ਼ ਕਰੀ ਯਾਰ, ਮੈਂ ਤਾਂ ਐਵੇਂ ਬਿਨਾਂ ਗੱਲ ਤੋਂ ਤੈਨੂੰ ਮਾੜਾ ਚੰਗਾ ਬੋਲ ਬੈਠਾ ਯਾਰ। ਕੋਈ ਨਾ ਸੱਤਿਆ, ਮਾਫ਼ੀ ਵਾਲੀ ਤਾਂ ਕੋਈ ਗੱਲ ਨਹੀਂ, ਨਾਲੇ ਮੈਂ ਤਾਂ ਨਾ ਤੇਰੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕੀਤਾ ਬਾਈ। ਇਹ ਗੱਲ ਕਰਕੇ ਤਾਂ ਮੇਰੇ ਮਨ ਤੋਂ ਯਾਰ ਬੋਝ ਹਲਕਾ ਕਰਤਾ। ਉਹ ਲੈ ਯਾਰ, ਬੋਝ ਵਾਲੀ ਕਿਹੜੀ ਗੱਲ ਹੈ, ਨਾਲੇ ਯਾਰਾਂ ਦੋਸਤਾਂ ਦੇ ਵਿੱਚ ਆਹ ਨਿੱਕੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ। ਇਹ ਤਾਂ ਗੱਲ ਬਾਈ ਤੇਰੀ ਠੀਕ ਹੈ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਜਿਹੜੇ ਸਾਹਿਬ ਨਾਲ ਅੱਜ ਮੈਂ ਉਹਨਾਂ ਨੂੰ ਬੈਠੇ ਦੇਖ ਕੇ ਆਇਆ, ਮੈਨੂੰ ਲੱਗਿਆ ਨਹੀਂ ਵੀ ਇਹਨਾਂ 'ਚ ਕੁਛ ਗਲਤ ਹੋਊ, ਦੋਸਤ ਵੀ ਤਾਂ ਹੋ ਸਕਦੇ ਨੇ ਇੱਕ ਦੂਜੇ ਦੇ। ਉਹ ਤੂੰ ਤਾਂ ਭੋਲਾ, ਮੈਂ ਨਾ ਤੇਰੇ ਨਾਲ ਇੱਕ ਵਾਅਦਾ ਕਰਦਾ, ਹੁਣ ਤੈਨੂੰ ਨਾ ਉਹਦਾ ਪੱਕਾ ਸਬੂਤ ਲੈ ਕੇ ਦੂੰ, ਫਿਰ ਤੈਨੂੰ ਯਕੀਨ ਆਊਗਾ। ਚੱਲ ਠੀਕ ਆ ਬਾਈ, ਚੱਲ ਨਾ ਫਿਰ ਮੈਂ। ਚੱਲ ਠੀਕ ਹੈ, ਫਿਕਰ ਨਾ ਕਰੀ, ਮੈਂ ਤੇਰੇ ਨਾਲ ਆਏਗਾ। ਠੀਕ ਹੈ ਬਾਈ, ਚੰਗਾ ਬਾਈ, ਓਕੇ। ਕਿੰਨਾ ਟਾਈਮ ਹੋ ਗਿਆ ਫੋਨ ਕਰੇ ਨੂੰ, ਸੱਤਾ ਹੀ ਨਹੀਂ ਯਾਰ। ਆ ਗਿਆ ਸੱਤੇ? ਹਾਂ ਬਾਈ ਦੀਪ, ਬਹੁਤ ਟਾਈਮ ਲਾਤਾ ਯਾਰ। ਸੱਤੇ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਨਾ ਕਿ ਪੱਕਾ ਸਬੂਤ ਲੈ ਕੇ ਆਊਂ, ਆਹ ਦੇਖ ਉਹਨਾਂ ਦੀ ਫੋਟੋ। ਬਾਈ ਦੀਪ ਮੈਂ ਕਦੇ ਨਹੀਂ ਸੋਚਿਆ ਮੇਰੀ ਭੈਣ ਮੇਰੇ ਨਾਲ ਐਵੇਂ ਕਰੂਗੀ, ਹੁਣ ਇੱਕ ਮਿੰਟ ਹੀ ਲਾਇਆ ਮੇਰਾ ਯਕੀਨ ਤੋੜਨ 'ਤੇ। ਕੋਈ ਨਾ ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਹੀ ਹਾਂ, ਸਾਲੇ ਨੂੰ ਸੁੱਕਾ ਨਹੀਂ ਛੱਡਦੇ। ਕੋਈ ਨਾ ਬਾਈ, ਮੈਂ ਉਹਨੂੰ ਸਮਝਾਉਂਗਾ, ਮੈਂ ਕੱਲ੍ਹ ਨੂੰ ਜਾਣਾ ਉਹਦੇ ਕੋਲ। ਸਮਝਾਏਗਾ? ਕੋਈ ਸਮਝਾਉਣ ਨਾਲ ਕੁਛ ਨਹੀਂ ਹੋਣਾ, ਸਾਲੇ ਨੂੰ ਮਾਰ ਮੁਕਾਉਣੇਗੇ, ਫਿਰ ਹੀ ਉਹ ਪਿੱਛਾ ਛੱਡੂ, ਜਿਉਂਦੇ ਜੀ ਉਹਨੇ ਤੇਰੀ ਭੈਣ ਦਾ ਪਿੱਛਾ ਨਹੀਂ ਛੱਡਣਾ। ਉਹ ਨਾ ਨਾ ਬਾਈ, ਕਿਸੇ ਨੂੰ ਮਾਰਨ ਦਾ ਆਪਾਂ ਨੂੰ ਕੋਈ ਹੱਕ ਨਹੀਂ, ਮੈਂ ਕੱਲ੍ਹ ਨੂੰ ਜਾਊਂਗਾ, ਉਹਨੂੰ ਪਿਆਰ ਨਾਲ ਸਮਝਾਊਂਗਾ, ਉਹ ਮੰਨ ਜਾਊਗਾ। ਤੈਨੂੰ ਕਰਦਾ ਵੀਡੀਓ ਸੈਂਡ, ਲੈ ਵੀਡੀਓ ਤਾਂ ਬਾਕੀ ਫੋਨ ਕਰ ਲੈ। ਹਾਂ ਬਾਈ ਆਹ ਵੀਡੀਓ ਦੇਖ ਜਿਹੜੀ ਤੈਨੂੰ ਭੇਜੀ ਹੈ। ਦੇਖ ਲਈ ਬਾਈ, ਹੁਣ ਤੂੰ ਆਪ ਹੀ ਹਿਸਾਬ ਲਾ ਲੈ ਵੀ ਇਹਨਾਂ ਦਾ ਕੀ ਕਰਨਾ। ਕੋਈ ਨਾ ਮੈਂ ਇੱਥੇ ਖੜਾ, ਤੂੰ ਆ ਜਾ। ਓ ਯਾਰ ਆਹ ਨੰਬਰ ਦੇਖੀ ਕਿਹਦਾ, ਮੈਨੂੰ
ਆ ਨੰਬਰ ਤੋਂ ਨਾ ਇੰਨੀਆਂ ਕਾਲਾਂ ਆਉਂਦੀਆਂ, ਮੈਂ ਇੰਨਾ ਪਰੇਸ਼ਾਨ ਕਰ ਰੱਖਿਆ ਯਾਰ। ਕਿਹਦਾ ਨੰਬਰ ਆ ਇਹ? ਇਹ ਤਾਂ ਦੀਪ ਦਾ ਨੰਬਰ ਹੈ। ਦੀਪ ਦਾ ਨੰਬਰ ਹੈ? ਹਾਂ, ਜਿਹੜਾ ਤੇਰੇ ਭਾਈ ਦਾ ਦੋਸਤ ਹੈ। ਜਿਹੜਾ ਮੇਰੇ ਵੀਰੇ ਨਾਲ ਰਹਿੰਦਾ? ਹਾਂ। ਦੇਖ ਲਾ ਕਿੰਨਾ ਬਦਤਮੀਜ਼ ਇਨਸਾਨ ਆ ਇਹ, ਮੇਰੇ ਭਰਾ ਨਾਲ ਰਹਿ ਕੇ ਮੇਰੇ ਤੇ ਅੱਖ ਰੱਖਦਾ। ਮੈਨੂੰ ਲੱਗਦਾ ਸਭ ਆਪਾਂ ਨੂੰ ਵੀਰੇ ਨੂੰ ਦੱਸਣਾ ਚਾਹੀਦਾ। ਲੈ ਉਹ ਵੀਰਾ ਵੀ ਆ ਗਿਆ। ਵੀਰੇ ਅਸੀਂ ਗੱਲ ਦੱਸਣੀ ਸੀ ਇੱਕ ਦਿਨ। ਅੱਛਾ, ਹੁਣ ਗੱਲ ਦੱਸਣੀ ਸੀ? ਹੈ, ਉਦੋਂ ਨਹੀਂ ਖਿਆਲ ਆਇਆ ਜਦੋਂ ਮੇਰੀ ਇੱਜ਼ਤ ਰੋਲਦਾ। ਬਈ ਇਹਦੀ ਲਾਸ਼ ਨੂੰ ਟਿਕਾਣੇ ਲਾ, ਕਿਤੇ ਕੋਈ ਦੇਖ ਲੈ। ਤੂੰ ਨਾ ਮੜ। ਤੂੰ ਕੀ ਸੋਚਦਾ ਸੀ ਸਾਡੀਆਂ ਇੱਜ਼ਤ ਨੂੰ ਹੱਥ ਪਾਵੇਂਗਾ ਤੇ ਅਸੀਂ ਦੇਖਦੇ ਰਹਾਂਗੇ? ਕਾਕਾ ਤਾਂ ਇਹ ਨਹੀਂ ਸੋਚਿਆ ਵੀ ਤੇਰੀ ਮੌਤ ਵੀ ਹੋ ਸਕਦੀ ਆ। ਇਹਨਾਂ ਨੂੰ ਦੱਸੀਏ? ਲੈ ਫਿਰ ਇਹਨਾਂ ਨੂੰ ਵੀ ਦੱਸ ਦਿੰਦੇ ਹਾਂ। ਸੁਣੋ ਫਿਰ ਸਾਡੇ ਪਿਆਰ ਦੀ ਕਹਾਣੀ। ਅਸੀਂ ਦੋਨੇ ਕਾਲਜ 'ਚ ਇਕੱਠੇ ਪੜ੍ਹਦੇ ਸੀ ਅਤੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਅਸੀਂ ਵਿਆਹ ਵੀ ਕਰਵਾਉਣਾ ਚਾਹੁੰਦੇ ਸੀ, ਪਰ ਇਹ ਕਹਿੰਦੀ ਮੇਰੇ ਭਰਾ ਨੇ ਨਹੀਂ ਮੰਨਣਾ ਅਤੇ ਅਸੀਂ ਦੋਨਾਂ ਨੇ ਇਹਦੇ ਭਰਾ ਨੂੰ ਆਪਣੇ ਰਸਤੇ 'ਚੋਂ ਹਟਾਉਣ ਲਈ ਇੱਕ ਪਲੈਨ ਬਣਾਇਆ। ਅਤੇ ਸੁਣੋ। ਚੱਲ ਦੀਪੀ, ਮੈਨੂੰ ਮਾਫ਼ ਕਰ ਦੇ ਭੈਣੇ, ਮੈਂ ਤੇਰੇ 'ਤੇ ਸ਼ੱਕ ਕੀਤਾ। ਚੱਲ ਤੂੰ ਐਂ ਕਰ, ਰੋਟੀ ਪਾਣੀ ਖਾ ਲਾ, ਮੈਨੂੰ ਥੋੜ੍ਹਾ ਕੰਮ ਆ, ਮੈਂ ਕੰਮ ਜਾ ਕੇ ਆਉਣਾ। ਹਾਂਜੀ ਦੀਪ, ਕਿਵੇਂ ਹੋ? ਵਧੀਆ ਵਧੀਆ, ਤੂੰ ਦੱਸ? ਮੈਂ ਵੀ ਵਧੀਆ। ਦੇਖਿਆ ਫਿਰ ਆਪਣੇ ਵਿਛਾਏ ਹੋਏ ਜਾਲ ਦੀ ਪਹਿਲੀ ਪੌੜੀ ਆਪਾਂ ਚੜ ਗਏ। ਉਹ ਤਾਂ ਠੀਕ ਆ, ਐ ਦੱਸ ਕਿਵੇਂ ਲੱਗੀ ਫਿਰ ਮੇਰੀ ਐਕਟਿੰਗ? ਉਹ ਤੇਰੀ ਐਕਟਿੰਗ, ਉਹ ਤੂੰ ਦਾ ਐਕਟਰ ਐਕਟਰ ਆ, ਨਾਲੇ ਮੇਰੀ ਗੱਲ ਸੁਣਾ। ਆਪਾਂ ਜੋ ਵੀ ਅੱਗੇ ਕਰਨਾ ਨਾ ਸਭ ਸੋਚ ਸਮਝ ਕੇ ਕਰਾਂਗੇ। ਇਹ ਤਾਂ ਹੈ। ਚੱਲ ਠੀਕ ਹੈ, ਹੁਣ ਮੈਂ ਫੋਨ ਕੱਟਦਾ। ਠੀਕ ਆ, ਓਕੇ।
ਇੱਕ ਮਿੰਟ। ਹਾਂ ਦੀਪ, ਵੀਰ ਨੇ ਸਾਨੂੰ ਦੇਖ ਲਿਆ। ਅੱਗੇ ਹੁਣ ਅੱਗੇ ਤੁਹਾਨੂੰ ਪਤਾ ਵੀ ਕੀ ਕਰਨਾ। ਚੱਲ ਠੀਕ ਆ। ਫਿਰ ਮੈਂ ਇਹਦੇ ਭਰਾ ਨੂੰ ਫੋਟੋਆਂ ਵਿਖਾਈਆਂ ਜਿਹੜੀਆਂ ਇਹਦੀਆਂ ਉਸ ਮੁੰਡੇ ਨਾਲ ਸੀ। ਉਹ ਫੋਟੋਆਂ ਵੇਖ ਕੇ ਹੀ ਸੱਤਾ ਉਹ ਮੁੰਡੇ ਨੂੰ ਮਾਰਨ ਲਈ ਨਹੀਂ ਮੰਨਿਆ। ਤਾਂ ਫਿਰ ਹਲੇ ਨੂੰ ਕਿੰਨਾ ਭੜਕਾਇਆ, ਮੇਰੀ ਇੱਕ ਵੀ ਗੱਲ ਨਹੀਂ ਸੁਣੀ। ਕੋਈ ਨਾ, ਮੈਂ ਵੀ ਹਾਰ ਮੰਨਣ ਵਾਲੀ, ਤੈਨੂੰ ਮਜਬੂਰ ਤਾਂ ਕਰੂੰਗਾ ਤਾਂ ਕਿ ਤੈਨੂੰ ਮਾਰ ਦੇ। ਪਹਿਲਾਂ ਦੀਪੀ ਨਾਲ ਕਰਦਾ ਗੱਲ, ਕਰਦਾ ਉਹਨੂੰ ਫੋਨ। ਹਾਂ ਦੀਪੀ, ਗੱਲ ਸੁਣ, ਤੇਰਾ ਭਰਾ ਆਇਆ ਸੀ ਮੇਰੇ ਕੋਲ, ਭੜਕਾਇਆ ਤਾਂ ਬਹੁਤ, ਤੇਰੀਆਂ ਫੋਟੋਆਂ ਵੀ ਦਿਖਾਈਆਂ, ਪਰ ਕਹਿੰਦਾ ਮੈਂ ਉਸ ਮੁੰਡੇ ਨੂੰ ਸਮਝਾਉਣਾ, ਉਹਦੇ ਨਾਲ ਕਰਦਾ ਗੱਲਬਾਤ, ਇਹਨੇ ਐਂ ਨਹੀਂ ਮਾਰਨਾ। ਹੁਣ ਆਪਾਂ ਨੂੰ ਆਪਣਾ ਲਾਸਟ ਦਾ ਜਿਹੜਾ ਉਹ ਚਲਾਉਣਾ ਪੈਣਾ। ਗੱਲ ਸੁਣ, ਹੁਣ ਅੱਗੇ ਕੀ ਕਰਨਾ ਇਹ ਤੈਨੂੰ ਮੈਂ ਦੱਸਦਾ। ਫਿਰ ਮੈਂ ਇਸਨੂੰ ਫੋਨ ਕੀਤਾ ਵੀ ਤੂੰ ਮੁੰਡੇ ਨੂੰ ਲੈ ਕੇ ਕਿਸੇ ਕਮਰੇ 'ਚ ਵੜੀ ਅਤੇ ਮੈਂ ਵੀਡੀਓ ਕਾਲ ਕਰੂੰ ਤੇਰੇ ਭਰਾ ਨੂੰ, ਇਹ ਸਭ ਕੁਝ ਦੇਖ ਕੇ ਤਾਂ ਤੇਰਾ ਭਰਾ ਉਸਨੂੰ ਮਾਰਨ ਲਈ ਮਜਬੂਰ ਹੋ ਹੀ ਜਾਊਗਾ। ਅਤੇ ਉਹੀ ਹੋਇਆ ਜੋ ਅਸੀਂ ਸੋਚਿਆ ਸੀ, ਅਤੇ ਇਹਦੇ ਭਰਾ ਨੇ ਗੁੱਸੇ ਦੇ ਵਿੱਚ ਆ ਕੇ ਉਸ ਮੁੰਡੇ ਨੂੰ ਮਾਰਤਾ, ਅਤੇ ਸਾਡੀ ਬਣਾਈ ਹੋਈ ਗੇਮ ਪੈ ਗਈ ਫਿਰ ਉਹਨਾਂ 'ਤੇ। ਇਹ ਪਲੈਨ ਅਸੀਂ ਦੋਨਾਂ ਨੇ ਮਿਲ ਕੇ ਕੀਤਾ ਅਤੇ ਕਿਸੇ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੋਈ। ਪਰ ਮੈਨੂੰ ਦੀਪ ਇੱਕ ਗੱਲ ਨਹੀਂ ਸਮਝ ਆਈ। ਕਿਹੜੀ? ਪਲੈਨ ਤਾਂ ਆਪਣਾ ਕਾਮਯਾਬ ਹੋ ਗਿਆ, ਪਰ ਤੂੰ ਜੱਗੇ ਨੂੰ ਕਿਉਂ ਮਰਵਾਇਆ ਵਿਚਾਰੇ ਨੂੰ? ਉਹ ਵੀ ਦੱਸ ਦਿੰਦਾ, ਮੇਰੀ ਭੈਣ ਸੀ ਇੱਕ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਸੀ, ਮੈਨੂੰ ਜਾਨ ਨਾਲੋਂ ਵੀ ਪਿਆਰੀ ਸੀ, ਅਤੇ ਜੱਗਾ ਉਹਨੂੰ ਪਿਆਰ ਕਰਦਾ ਸੀ। ਮੇਰੀ ਭੈਣ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਪਰ ਇਹਨੇ ਇਸਤੇਮਾਲ ਕਰਕੇ ਛੱਡਤੀ ਅਤੇ ਮੇਰੀ ਭੈਣ ਫਾਹਾ ਲੈ ਕੇ ਮਰ ਗਈ। ਉਹਦਾ ਬਦਲਾ ਲੈਣ ਲਈ ਇਹਨੂੰ ਮਰਵਾਇਆ ਮੈਂ।